तकरीबन ना हो साफ हो गया, आधे ना ज्यादा साफ हो गया, सिर्फ लिखा ने बहुत ज्यादा जूम। हां यार पर मैं खुरकियां जिवे ओ काट लेंदी है फाखरा, अल्लाह दी कसम इतना भरया वे की मैं गड्डियां ने मेनू कसम है कोई हाथ च लीह आई होवे, कोई जूम आई होवे, कोई धक्क आई होवे, कई इंज फड़ फड़ काट लेंदे ने मेनू नहीं आउंदी कड्डनी। कल कंघी धोती सी? हाँ तो साफ करके रखी थी। साफ नहीं? हाँ साफ है, मैंने धोई थी गर्म पानी के साथ। मैं अपना जब ब्रश कंघा होंगे ना ब्रश तो खैर नहीं मेरे को होंगे तो मैं तीलिया ना करनी हाँ साफ, ऐसे अगे है मोती है ना तद नहीं निकलता, जो सादा हो गया ना निकल जाता नहीं तो गंदा। मैं भी उस दिन तरन बैठी सा, मेरे को भी नहीं बजी हुआ। हाँ ते ओ ना मैं पता की गर्म पानी करके ना ते मैं भांडे धोनो कपड़े धोने वाला बुरश नहीं हुंदा मैं ओदे नाल साफ करनी ते कंगा बिल्कुल साफ हो जांदा, इंज लगदा जिवें नवां लिआंदा। मैं ते पूने वी यार गर्म पानी करके धोनी हुं आदा ते आ मेरी धी वेला इन्ना चिर रह के भी गई है ना ओ मेरे को सबक नहीं उन्हें लिया। हाँ आशा बर्तन मेरा मुँह साफ धोंदी है ते ऐ नहीं धोंदी, ਉੱਥੇ ਉਹਦੀ ਸੱਸ ਏਡਾ ਸੋਹਣਾ ਬਰਤਨ ਆਉਂਦੀ ਹੈ, ਹੁਣ ਮੈਂ ਕਿਹਾ ਫਿਰ ਇਹਦਾ ਮਤਲਬ ਸੱਸਾਂ ਨੂੰ ਸੁੱਖ ਦੇ ਦੇਣ, ਬਰਤਨ ਮੈਂ ਧੋਂਦੀ ਹਾਂ ਪੂਰੇ ਮੈਂ ਧੋਂਦੀ ਸਾਂ, ਕੰਘੇ ਵੀ ਮੈਂ ਸਾਫ਼ ਕਰਦੀ, ਇਹ ਖਾਣਾ ਬਣਾਉਂਦੀ ਹੈ ਭਾਂਡੇ ਧੋ ਲੈਂਦੀ ਉਤਲੇ ਉਤਲੇ, ਮੈਂ ਕੋਈ ਹਫ਼ਤਾ ਨਾ ਧੋਣ ਦੇਖਾਂ ਪਤੀਲੀਆਂ ਦੇ ਹਾਲ, ਫਿਰ ਮੈਂ ਬਹਿ ਜਾਂਦੀ ਆਣੀਆਂ ਦੇ ਮੈਨੂੰ ਮੈਂ ਥੱਲੇ ਬਹਿ ਕੇ ਮਾਂਜਦੀ ਅਤੇ ਕਿੱਦਾਂ ਨਾ ਉਹਦੀ ਸੱਸ ਏਡੇ ਸੋਹਣੇ ਮੇਰੇ ਵਾਂਗੂ ਕਰਦੀ ਹੈ ਬਰਤਨ, ਹੁਣ ਮੈਂ ਵੇਖਿਆ ਤਾਂ ਉੱਦਣ ਉਹਦੇ ਹੁਣ ਸੱਸ ਨੇ ਮਾਂਜੀ ਉਹ ਪਤੀਲੀ ਕਹਿੰਦੀ ਆਪੇ ਹੀ ਮਾਂਜੀ ਆ। जनाब आया ने कल जो मैं वाल खोले सा ना बाजी जो पुल पुल नीचे नी आंदी जुआं इंज आंदी सारे पिंगी पिंग मैं इंज पिड़िया ने। चलो भाई थैंक यू मेरा सिर साफ किया अल्लाह तेन वड्डिया वड्डिया खुशियां दे जो तेरे लिए सही नहीं अपना घर दे जितने मैं पहली बार गाना मैं आके बना दरवाजे दलां लाइया ना फोन किया आके ते गाना गाने ते उन्हें बनिया मैनूं बड़ा चंगा लगा। अच्छा गिरी दी ठोटी विच पा के ते फुल शुल है ना वो आया जिहड़े हुंदे नी आर्टिफिशियल जिहड़े गुगे शुगे बनांदे ओह बनवा के लिया के ते उन्हें बने विचकार। अच्छा मैनूं बड़ा चंगा लगा ਹਾਲਾਂਕਿ ਮੈਨੂੰ ਹਿੰਦੂਆਂ ਵਾਲੀਆਂ ਰਸਮਾਂ ਨਹੀਂ ਚੰਗੀਆਂ ਲੱਗਦੀਆਂ ਪਰ ਇਹ ਮੈਨੂੰ ਬੜਾ ਪਿਆਰਾ ਲੱਗਾ। ਨਹੀਂ ਤੇ ਕਈ ਉਹ ਭੈਣਾਂ ਨੂੰ ਬੜੀ ਜ਼ਿਆਦਾ ਅਹਿਮੀਅਤ ਦਿੰਦੇ ਨੇ ਨਾ ਤਾਂ ਕਰਵਾਉਂਦੇ ਨੇ। ਮੈਂ ਦੱਸ ਨਹੀਂ ਆਇਆ ਕਿ ਉਹਨਾਂ ਫੋਨ ਕਰਕੇ ਬੁਲਾਇਆ ਅਤੇ ਉਹਨੇ ਫਿਰ ਉੱਥੋਂ ਬੰਗਲੇ ਬਣਵਾ ਕੇ ਲਿਆ ਦਿੱਤਾ ਫਿਰ ਬਣੇ। ਦੰਦ ਕੱਢੇ ਨਾ ਬਲੀ ਨੇ ਤੇ ਰਾਣੀ ਆਉਂਦੀ ਹੈ ਨਾ ਮੇਰੀ ਨਨਾਣ ਇਕੱਠੀਆਂ ਕਾਲ ਕਰਦੀਆਂ ਸਨ ਤੇ ਜੈਨੀ ਫਾਤਮਾ ਤੇ ਆਸ਼ਾ ਤੇ ਜੈਨੀ ਗਈ ਸੀ ਉਦੋਂ ਫੁੱਫੀ ਦੇ ਘਰ ਤੇ ਉਹਨੇ ਵੀ ਕੀਤੀ ਨਾ ਵਿੱਚ ਉਹ ਵੀ ਗੱਲਾਂ ਕਰਦੀ ਉਹ ਆਉਂਦੀ ਹੈ ਨਾਨਕਿਆਂ ਤੇ ਭਾਰਾ ਹੁੰਦਾ ਤੇ ਸਿਲਵਰ ਦਾ ਲੈ ਕੇ ਨਾ ਸਟੀਲ ਦਾ ਕੌਲਾ ਤੇ ਵਿੱਚ ਗਿਰੀ ਦਾ ਠੂਠਾ ਲੈ ਕੇ ਤੇ ਇਹਦੇ ਦੰਦ ਤੇ ਮਾਰੋ। ਮੈਂ ਕਹਿ ਰਹੀ ਹਿੰਦੂਆਂ ਦੀਆਂ ਰਸਮਾਂ ਮੈਨੂੰ ਨਹੀਂ ਪਸੰਦ ਮੈਂ ਨਹੀਂ ਕਦੀ ਅੰਜੀ ਕਿਤੇ ਅਰਹਮ ਨੇ ਵੀ ਅੰਜੀ ਕੱਢੇ ਸਨ ਭਾਈ ਮੇਰੀ ਜੈਨੀ ਨੇ ਉੱਥੋਂ ਆਉਂਦਿਆਂ ਏਦਾਂ ਸਟੀਲ ਦਾ ਕੌਲਾ ਲੈ ਕੇ ਤੇ ਆਉਂਦੀ ਮੈਂ ਉਹਨੂੰ ਨਾਰੀਅਲ ਨਵਾਂ ਲੱਭਦੀ ਹਾਂ ਜਿਹੜਾ ਖਾਣ ਵਾਲਾ ਨਹੀਂ ਹੁੰਦਾ ਤਾਜ਼ਾ ਤੇ ਉਹ ਲੱਭਾ ਨਾ ਸੀ ਫਿਰ ਇਹਨੂੰ ਭੈਣ ਨੂੰ ਦੇ ਤੇ ਉਸ 100 ਰੁਪਈਆ ਕਿਹਾ ਬਾਜੀ ਮੇਰੇ ਹਿੱਸੇ ਦਾ ਉਹ ਲੈ ਕੇ ਦੁਕਾਨ ਤੋਂ ਠੂ ਆਉਂਦੀ ਉਹ ਜੇ ਕੱਟੀ ਹੁੰਦੀ ਨਾ ਦੁਕਾਨ ਤੋਂ ਉਹ ਹੀ ਲੈ ਆਉਣੀ ਸੀ ਉਹ ਫਿਰ ਅਸੀਂ ਭਾਈ ਲਿਆ ਕੇ ਤੇ ਇਹ ਕਰ ਲੈਣ ਮੈਂ ਆਪਣੀ ਮਾਂ ਦੇ ਹਿੱਸੇ ਦਾ ਇਹ ਕੀਤਾ। ਅੱਛਾ ਮੈਂ ਕਿਹਾ ਮੈਂ ਤਾਂ ਕਦੀ ਵੀ ਨਹੀਂ ਕਰਦਾ ਤੇ ਆਸ਼ਾ ਇੰਨੀ ਹੋਈ ਸ਼ਮੀ ਜਿਵੇਂ ਵੱਡੀਆਂ ਭੈਣਾਂ ਨਹੀਂ ਹੁੰਦੀਆਂ ਇੰਝ ਕੌਲਾ ਲੈ ਕੇ ਤੇ ਆ ਕੇ ਦਿੱਤਾ ਹੋਇਆ ਲੋ ਬਾਜੀ ਮੈਂ ਉਹ ਕੀਤਾ ਜੇ ਸਕਣ ਜੋ ਭੂ ਪੀ ਆਉਂਦੀ ਸੀ ਬਨਾਨਾ ਕਾ ਜੂਸ ਤਾਂ ਮੈਨੇ ਕਭੀ ਵੀ ਨਹੀਂ ਬਣਾ ਕੇ ਦੀ ਇਸ ਕੋ ਪੱਕਾ
ਪੱਕੀਆਂ ਤਾਂ ਫਿਰ ਜਿਹੜੀਆਂ ਕੱਚੀਆਂ ਤਾਂ ਜਿਹੜੀਆਂ ਪੱਕੀਆਂ ਹੁੰਦੀਆਂ ਨੇ ਨਾ ਉਹ ਮੇਰੇ ਖਿਆਲ 'ਚ ਜਦੋਂ ਅਸੀਂ ਨਹਾਉਂਦੇ ਹਾਂ ਉਦੋਂ ਪਾਣੀ ਉਹਨਾਂ 'ਚ ਭਰਿਆ ਜਾਂਦਾ ਜੂੰ ਬਣਦੀ ਹੈ ਜ਼ਾਹਰ ਫਿਰ ਉਹ ਵੀ ਅੰਡੇ ਦਿੰਦੀ ਹੈ ਲੀਖਾਂ ਜ਼ਾਹਰ ਫਿਰ ਉਹਨਾਂ ਚ ਤਾਂ ਐਂਜੀ ਹੁੰਦਾ ਜਿਵੇਂ ਇਨਸਾਨ ਛੋਟਾ ਵੱਡਾ ਵੱਡਾ ਫਿਰ ਅੱਧ ਕੜ ਫਿਰ ਬੁੱਢਾ ਹੁੰਦਾ ਇਸ ਤਰ੍ਹਾਂ ਹੀ ਇਹਨਾਂ ਦਾ ਵੀ ਹਿਸਾਬ ਕਿਤਾਬ ਆ ਜਿਹੜੇ ਮੁੰਡਾਂ ਵਿੱਚ ਇੰਝ ਜੇ ਨਾ ਇਹਦੀ ਜ਼ਿਆਦਾ ਹਰ ਤੱਕਾਂ ਨੇ ਨਹੀਂ ਲਿਖਾਂ ਪੱਕੀ ਉਹ ਮੈਂ ਕੋ ਦੇਖ ਕੇ ਮੇਰਾ ਤੇ ਤੇਰਾ ਤੇ ਮੇਰਾ ਤੇ ਮੇਰੇ ਹਾਲ ਜੁੜੇ ਗਏ ਹਾਂ ਇੱਥੇ ਨਾ ਸਿਰਾਂ ਵਾਲੀ ਫਾਤਮਾ ਨੂੰ ਲੈ ਗਈ ਜੀਵਾ ਤੇ ਪਤਾ ਕੀ ਵਾਕਿਆਤ ਹੋਇਆ ਵਾਕਿਆ ਹੋਇਆ ਉਹ ਨਾ ਕੁਛ ਕੁਛ ਵੇਚਦਾ ਹੀ ਪਿਆ ਤੇ ਇੱਕ ਬੱਚੀ ਨੂੰ ਆਂਦਾ ਬੇਟਾ ਮੈਨੂੰ ਪਾਣੀ ਲਾ ਕੇ ਦੇਣਾ ਪੈਲੀਆਂ ਚੋਂ ਖੇਡਣ ਡੇ ਸਨ ਬੱਚੇ ਵਾਵਾ ਉਹਨਾਂ ਨਲਕੇ ਤੋਂ ਪਾਣੀ ਲੈਣ ਗਿਆ ਤੇ ਜ਼ਰਾ ਇੱਕ ਸਾਈਡ ਤੇ ਹੀ ਨਾ ਉਹਨੇ ਪਤਾ ਕੀ ਕੀਤਾ ਉਹਨੂੰ ਕੁਝ ਸੰਘਾ ਕੇ ਨਾ ਬੇਹੋਸ਼ ਕਰਕੇ ਤੇ ਆਪਣਾ ਕੱਪੜੇ ਦੇ ਵਿੱਚ ਪਾ ਲਿਆ ਤੇ ਖੂਹ ਕਿਸੇ ਤੇ ਲੈ ਕੇ ਗਿਆ ਖਾਲੀ ਤੇ ਦੁਪਹਿਰ ਨੂੰ ਉਹ ਆਪਣੇ ਘਰਾਂ 'ਚ ਗਏ ਹੁੰਦੇ ਨੇ ਤੇ ਉੱਥੇ ਜਾ ਕੇ ਉਹਨੂੰ ਉਹਦੇ ਹੱਥ ਪਿੱਛੋਂ ਬੰਨ ਕੇ ਨਾ ਬੱਚੀ ਦੇ ਪੰਜਾਂ ਛਿਆਂ ਸਾਲਾਂ ਦੀ ਜਾਂ ਅੱਠਾਂ ਸਾਲਾਂ ਦੀ ਸਮਝ ਲੈ ਤੇ ਉਹਦਾ ਕੀ ਕੀਤਾ ਉਹ ਛੁਰੇ ਨਾਲ ਇੱਥੋਂ ਢਿੱਡ ਪਾੜ ਛੜਿਓ ਤੇ ਆਂਦਰਾਂ ਬਾਹਰ ਕੱਢ ਛੜੀਆਂ ਅੱਛਾ ਉਹ ਉਹਦਾ ਮੂੰਹ ਬੰਨਿਆ ਸੋ ਚੀਖ ਨਹੀਂ ਸਕਦੀ ਤੇ ਉਹ ਨਾ ਆਪ ਚਲੇ ਗਿਆ ਉਹਨੂੰ ਇੰਝ ਛੱਡ ਕੇ ਇਹ ਜ਼ਾਲਮਪੁਰਨਾ ਜਿਵੇਂ ਇਨਸਾਨ ਇੱਕ ਜ਼ਾਲਮ ਨਹੀਂ ਹੋ ਜਾਂਦਾ ਜਿਵੇਂ ਸ਼ੈਤਾਨ ਆ ਜਾਂਦਾ ਇਹ ਪਠਾਨ ਨੇ ਕੀਤਾ ਸੀ ਇਸ ਤਰ੍ਹਾਂ ਤੇ ਉਹ ਨਾ ਉਹਦਾ ਖੂਨ ਵਗ ਵਗ ਕੇ ਨਾ ਵਗ ਗਿਆ ਹੁਣ ਉਹ ਬੱਜੀ ਸੀ ਬਥੇਰਾ ਘੁਲਦੀ ਘੁਲਦੀ ਹੋਣੀ ਹੈ ਤੇ ਇਹ ਸੀ ਕਿ ਸ਼ੁਕਰ ਉੱਤੇ ਪਰਾਲੀ ਦੇ ਗਿਆ ਕਿ ਕੋਈ ਵੇਖੇ ਵੀ ਨਾ ਅੱਛਾ ਉਹ ਨਾ ਖੂਹਾਂ ਵਾਲੇ ਉੱਤੇ ਆਏ ਨਾ ਖੂਹ ਤੇ ਆਪਣੇ ਉੱਥੇ ਡੇਰੇ ਤੇ ਤੇ ਕੁੱਤਾ ਨਾ ਵੱਧ ਵੱਧ ਕੇ ਉਹਨੂੰ ਭਾਈ ਨੂੰ ਖਿੱਚ ਖਿੱਚ ਕੇ ਨਾ ਉਧਰ ਪਰਾਲੀ ਵੱਲ ਖੜੇ ਪਤਾ ਉਹਨਾਂ ਢੇਰ ਲਾਏ ਮੇਰੇ ਪੱਠੇ ਕੁੱਤਰ ਕੇ ਤੇ ਮੱਝਾਂ ਨੂੰ ਪਾਉਂਦੇ ਨੇ ਹਰੇ ਪੱਠੇ 'ਚ ਪਾ ਕੇ ਜਾਂ ਜਿਸ ਤਰ੍ਹਾਂ ਵੀ ਕੋਈ ਦਾਲ ਛਾਲ ਪਾ ਉਹਨੇ ਆਖੇ ਕੀ ਆਉਂਦਾ ਮੈਨੂੰ ਉਹਨਾਂ ਪਾਲਤੂ ਕੁੱਤਾ ਸੀ ਉਹਨਾਂ ਉਹ ਕੱਪੜਾ ਖਿੱਚੇ ਤੇ ਉੱਧਰ ਨੱਸੇ ਤੇ ਫਿਰ ਉਹ ਨਾ ਜਾਏ ਉੱਥੇ ਜਾ ਕੇ ਫਿਰ ਵਾਪਸ ਆਏ ਫਿਰ ਕੱਪੜਾ ਖਿੱਚੇ ਤੇ ਨਾਲ ਭੌਂਕੇ ਉਹ ਆਉਂਦਾ ਮੈਂ ਵੇਖਾਂ ਤੇ ਸਹੀ ਕੀ ਇੱਧਰ ਗਿਆ ਤੇ ਵੇਖਿਆ ਤੇ ਖਲੋ ਕੇ ਵੇਖਿਆ ਤੇ ਪਰਾਲੀ ਕੁਛ ਵੀ ਨਾ ਦਿਸੇ ਕੁੱਤਾ ਉਹਦੇ ਉੱਤੇ ਚੜ ਗਿਆ ਅੱਛਾ ਉੱਤੋਂ ਖੂਨ ਛੂਨ ਕੁਛ ਨਹੀਂ ਪਿਆ ਦਿਸਦਾ ਉਹਨੇ ਜਾ ਕੇ ਨਾ ਫਿਰ ਪਿੱਛੇ ਜਿਹੇ ਪਹਿਲਾਂ ਤੇ ਆ ਗਿਆ ਵਾਪਸ ਕਿ ਕੁਛ ਵੀ ਨਹੀਂ ਐਵੇਂ ਕਿਉਂ ਡਿਆ ਭੌਂਕਦਾ ਕੁੱਤਾ ਫਿਰ ਮਗਰ ਨੱਸੇ ਉਹਦੀ ਕਮੀਜ਼ ਖਿੱਚੇ ਅੱਛਾ ਆਂਦਾ ਮੈਂ ਵੇਖਾਂ ਤੇ ਸਹੀ ਕਿ ਜਾ ਕੇ ਉਹਨੇ ਪਰਾਲੀ ਚੁੱਕੀ ਤੇ ਵੇਖਿਆ ਬੱਚੀ ਥੱਲੋਂ ਨਾ ਹਿੱਲੇ ਪਈ ਤੇ ਖੂਨ ਨਾਲ ਲੱਤ ਪੱਤੇ ਆਂਦਰਾਂ ਬਾਹਰ ਆਉਂਦੀਆਂ ਉਹਨੇ ਫਟਾਫਟ ਪਹਿਲਾਂ ਤੇ ਉਹਦਾ ਮੂੰਹ ਖੋਲਿਆ ਤੇ ਉਂਝ ਉਹਨੂੰ ਗੱਲ ਕੋ ਨਾ ਆਏ ਉਨੀ ਦਿਨ ਉਹਦਾ ਖੂਨ ਵਗ ਵਗ ਕੇ ਜਿਵੇਂ ਬੰਦਾ ਪੇਦਲ ਨਹੀਂ ਹੋ ਜਾਂਦਾ ਨਿਕਾਹਤ ਹੋ ਗਈ ਹਾਂ ਇੰਝ ਹੋ ਗਈ ਉਹਨੇ ਨਾ ਫਿਰ ਉਹਨੂੰ ਕੁੱਛੜ ਚੁੱਕੇ ਤੇ ਨੱਸਿਆ ਉਹਨੇ ਉਹਨੂੰ ਪੁੱਛਿਆ ਸੀ ਕਿ ਤੂੰ ਕਿੱਥੋਂ ਹੈ ਉਹ ਬੋਲੇ ਹੀ ਨਾ ਵਿਚਾਰੀ ਉਹ ਜਿਵੇਂ ਬੰਦਾ ਕੋਮਾ 'ਚ ਨਹੀਂ ਤੋੜ ਜਾਂਦਾ ਬੇਹੋਸ਼ ਹੁੰਦਾ ਇਸ ਤਰ੍ਹਾਂ ਹੋ ਗਿਆ ਫਿਰ ਵੇਖਿਆ ਤੇ ਉਹਨੇ ਆਪਣੇ ਨਾ ਖੂਹ ਤੇ ਜਿਹੜਾ ਰੇਹੜੀ ਤੇ ਪਾ ਖੜਦਾ ਸੀ ਨਾ ਪੱਠੇ ਵਗੈਰਾ ਜਾਂ ਜੋ ਵੀ ਕੋਇਆਂ ਲਈ ਵੀ ਲੋਕਾਂ ਰੱਖੇ ਹੁੰਦੇ ਨੇ ਕੋਈ ਕਾਰ ਛੱਡ ਕੇ ਆਉਂਦੇ ਨੇ ਜਾਂ ਸਮਾਨ ਉਹਦੇ ਤੇ ਉੱਤੇ ਉਹਨੇ ਪਾਈ ਤੇ ਨਾਲ ਆਪਣੇ ਨਾ ਭਰਾ ਸਭ ਛੋਟਾ ਉਹਨੇ ਆਵਾਜ਼ ਦਿੱਤੀ ਉਸ ਕੇ ਭਰਾ ਉਹਨੇ ਆਖਿਆ ਇਹਨੂੰ ਫੜ ਕੇ ਰੱਖ ਤੇ ਆਪ ਉਹਨਾਂ ਕੁੱਤੇ ਨੂੰ ਵੀ ਨਾਲ ਬਿਠਾ ਲਿਓ ਸੀ ਉਹ ਰੇਹੜੀ ਚਲਾਈ ਤੇ ਉੱਥੇ ਆਇਆ ਸੜਕ ਤੇ ਹਸਪਤਾਲ ਉੱਥੇ ਉੱਥੇ ਵੀ ਸਿਵਲ ਹਸਪਤਾਲ ਹੈ ਉੱਥੇ ਲੈ ਕੇ ਗਿਆ ਤੇ ਉਹਨੇ ਆਖਿਆ ਭਾਈ ਇਹਦਾ ਪਹਿਲਾਂ ਢਿੱਡ ਸੀ ਉਹ ਆਂਦਰਾਂ ਅੰਦਰ ਕਰਕੇ ਉਹਨੇ ਗਰਮ ਪਾਣੀ ਕਰਕੇ ਉਹ ਪਹਿਲਾਂ ਆਂਦਰਾਂ ਧੋਤੀਆਂ ਤੇ ਨਾਲੇ ਐਲਾਨ ਕੀਤਾ ਕਿ ਇਸ ਤਰ੍ਹਾਂ ਬੱਚੀ ਹੈ ਕੋਈ ਤੇ ਭਾਈ ਕਿਹਦੀ ਉਹ ਦੱਸੋ ਫੋਨ ਤੇ ਤਸਵੀਰ ਚਾੜੀ ਨਾਲੇ ਐਲਾਨ ਕੀਤਾ ਕਿ ਇਸ ਤਰ੍ਹਾਂ ਇੰਨੇ ਸਾਲਾਂ ਦੀ ਬੱਚੀ ਹੈ ਤੇ ਇਹ ਹਾਦਸਾ ਉਹਦੇ ਖੂਹ ਦੇ ਉੱਤੇ ਹੋਇਆ ਹੈ ਤੇ ਭਾਈ ਆ ਕੇ ਜਿਹਦੇ ਜਿਹੜਾ ਕੋਈ ਇਸ ਨੰਬਰ 'ਤੇ ਖੂਨ ਦੇ ਜੇ ਕਿਉਂਕਿ ਉਹਦੇ 'ਚ ਖੂਨ ਸਾਰਾ ਵੱਗ ਗਿਆ ਤੇ ਉਹਨੂੰ ਖੂਨ ਦੀ ਜ਼ਰੂਰਤ ਤੇ ਬੜੇ ਲੋਕ ਉੱਥੇ ਆਏ ਤੇ ਉਹ ਨਾ ਚਲੋ ਖੂਨ ਵੀ ਦਿੱਤਾ ਉਹਨੂੰ ਉਹ ਸਹੀ ਹੋ ਗਈ ਲੇਕਿਨ ਨਾ ਉਹ ਕਿਸੇ ਨੂੰ ਨਾ ਫਿਰ ਪਹਿਚਾਣੇ ਤੇ ਨਾ ਕੋਈ ਗੱਲ ਕਰੇ ਚੁੱਪ ਕਰਕੇ ਰਵੇ ਇਹਨਾਂ ਸਾਲ ਡੇਢ ਸਾਲ ਲੰਘ ਗਿਆ ਫਿਰ ਉਹ ਜੈਸੇ ਤੈਸੇ ਕਰਕੇ ਨਾ ਉਹ ਖੂਹ ਦੇ ਉੱਤੇ ਪਠਾਨ ਫਿਰ ਗਿਆ ਵੇਖਣ ਯਾਨੀ ਇਨਸਾਨ ਗਲਤੀ ਕਰਦਾ ਨਾ ਇੱਥੋਂ ਹੀ ਆ ਕੇ ਖੂਨ ਲੁਕਿਆ ਨਹੀਂ ਰਹਿੰਦਾ ਆਪਣੇ ਮਨ ਤੋਂ ਖੂਨ ਕਰਕੇ ਗਿਆ ਸੀ ਨਾ ਕਿ ਆਸਤਾ ਆਸਤਾ ਇਹਦਾ ਖੂਨ ਵਗੇ ਤੇ ਤਰਸ ਤਰਸ ਕੇ ਉਹ ਮਰੇ ਉਹ ਉੱਥੇ ਵੇਖਣ ਗਿਆ ਹੋਏਗਾ ਕਿ ਭਲਾ ਮਰੀ ਹੈ ਕਿ ਨਹੀਂ ਉਹ
ਉਹਨਾਂ ਖੂਹ ਵਾਲਿਆਂ ਨੂੰ ਫੜ ਲਿਆ ਜੀ। ਹਾਂ ਇਹੀ ਹੈ, ਸਾਰਾ ਪਕਾ ਲਓ। ਉਹਨੂੰ ਫੜ ਕੇ ਨਾ ਫਿਰ ਸਭਾ ਉਹਨੂੰ ਫਿਰ ਜੇਲੇ ਦਿੱਤਾ ਤੇ ਉਹ ਪੁੱਛਿਆ ਕਿ ਤੂੰ ਇਸ ਤਰ੍ਹਾਂ ਕਿਉਂ ਕੀਤਾ। ਪਹਿਲਾਂ ਤਾਂ ਉਹ ਮੰਨੇ ਹੀ ਨਾ, ਫਿਰ ਉਹ ਮੰਨਿਆ ਆਖ ਲੰਗਾ ਕਿ ਹੋਰੇ ਕੀ ਅੱਲਾ ਜਾਨੇ ਉਹਨੇ ਮੈਨੂੰ ਮਜਬੂਰੀ ਦੱਸੀ, ਮੈਨੂੰ ਹੁਣ ਉਹ ਭੁੱਲ ਗਈ, ਇਹ ਫਾਤਮਾ ਨੇ ਦੱਸੀ ਮੈਨੂੰ। ਅੱਛਾ ਫਿਰ ਨਾ ਉਹ ਨਾ ਹੱਸੇ ਖੇਡੇ ਨਾ ਕਰੇ, ਰੋਟੀ ਵੀ ਨਾ ਮੰਗੇ। ਹਾਂ ਮਾਂ ਬਥੇਰਾ ਉਹਨੂੰ ਜੱਫੇ ਮਾਰੇ, ਬੜਾ ਡਰਦੀ ਬੜਾ ਸੀ। ਤੇ ਉਹ ਨਾ ਇੱਕ ਦਿਨ ਉਹ ਆਉਂਦਾ ਕਿ ਡਾਕਟਰ ਨੇ ਆਖਿਆ ਕਿ ਜਿਹਨੇ ਇਹਦੇ ਨਾਲ ਕੇਸ ਕੀਤਾ ਨਾ ਉਹਨੂੰ ਇਹਦੇ ਸਾਹਮਣੇ ਲਿਆਓ। ਨਾਲੇ ਪਹਿਲਾਂ ਕਹਿੰਦਾ ਇਹਨੂੰ ਬੱਚਿਆਂ ਦੇ ਵਿੱਚ ਨਾ ਇਹਦੇ ਘਰ ਆਪਣੇ ਬੱਚੇ ਬੁਲਾਓ ਅਤੇ ਉਹ ਇਹਦੇ ਸਾਹਮਣੇ ਖੇਡਣ, ਅਤੇ ਨਾ ਲੂਡੋ ਖੇਡਦੇ ਨੇ ਪੇ ਬੱਚੇ। ਅਤੇ ਉਹਨੂੰ ਇਸ਼ਾਰੇ ਨਾਲ ਦੀ ਕਿ ਮੈਂ ਵੀ ਖੇਡਣਾ। ਅਤੇ ਹਾਲੇ ਕੁ ਮਤਲਬ ਜ਼ਹੋ ਹਮਾਇਆ ਸੀ, ਵੇਲ ਚੇਲ 'ਤੇ ਲੈ ਕੇ ਉਹਨੂੰ ਫਿਰਦੇ ਹਨ, ਪੈਰਾਂ 'ਤੇ ਕਦਮ 'ਤੇ ਭਾਰ ਵੀ ਭਾਰ ਨਹੀਂ ਪਾਉਂਦੇ। ਅੱਛਾ ਉਹ ਨਾ ਖੇਡਦੀ ਰਹੀ ਲੂਡੋ, ਉਹ ਨਾਲ ਆਪ ਮਾਂ ਨਾ ਉਹਨੂੰ ਡੀਲ ਕਰਦੀ ਰਹੀ ਕਿ ਇੰਝ ਕਰ ਇੰਝ ਕਰ, ਦੱਸਦੀ ਰਹੀ ਕਿ ਇੱਥੇ ਦਾਣਾ ਰੱਖ ਇੱਥੇ। ਹਾਰ ਗਈ ਅਤੇ ਉਹ ਨਾ ਰੋਣ ਨਾ ਲੱਗ ਪਈ, ਮਤਲਬ ਕਿ ਉਹਨੂੰ ਮੈਨੂੰ ਪਤਾ ਸੀ ਕਿ ਮੈਂ ਹਾਰ ਗਈ ਹਾਂ। ਅਤੇ ਮਾਂ ਨੇ ਆਪਣੇ ਗੱਲ ਲਾ ਕੇ ਨਾ ਅਤੇ ਜੱਫਾ ਮਾਰਿਆ ਅਤੇ ਆਉਂਦੀ ਮੇਰੀ ਇਹ ਧੀਏ ਕੋਈ ਗੱਲ ਨਹੀਂ ਹਾਰ ਗਈ ਹਾਂ, ਅਸੀਂ ਫਿਰ ਖੇਡਾਂਗੇ, ਮੇਰੀ ਧੀ ਜਿੱਤ ਜਾਏਗੀ, ਮੇਰੀ ਧੀ ਤਾਂ ਹੈ ਸ਼ੇਰ ਹੈ। ਫਿਰ ਜੱਫਾ ਮਾਰ ਕੇ ਅਤੇ ਬੜਾ ਰੋਈ, ਗੱਲਾਂ ਫਿਰ ਵੀ ਨਹੀਂ ਕੀਤੀਆਂ। ਅਤੇ ਉਹਨਾਂ ਪਠਾ ਉਹਨਾਂ ਨੇ ਡਾਕਟਰ ਨੇ ਆਖਿਆ ਕਿ ਜਿਹਨੇ ਇਹਦੇ ਨਾਲ ਇਸ ਤਰ੍ਹਾਂ ਕੀਤਾ ਨਾ ਉਹਨੂੰ ਇਹਦੇ ਸਾਹਮਣੇ ਲਿਆਓ, ਇਹਨੂੰ ਝਟਕਾ ਲੱਗੇਗਾ ਅਤੇ ਫਿਰ ਇਹ ਜ਼ਬਾਨ ਖੋਲੇਗੀ, ਫਿਰ ਇਹ ਬੋਲੇਗੀ। ਅੱਛਾ ਅਤੇ ਉਹਨਾਂ ਨਾ ਲੈ ਕੇ ਆਏ ਪਠਾਨ, ਅਤੇ ਨਾ ਹਾਲੇ ਕਿ ਹੱਥ ਖੁੱਲ੍ਹੇ ਵੀ ਸਨ, ਉਦੋਂ ਉਹਨੇ ਹੱਥ ਬਣੇ, ਉਦੋਂ ਹੋਰ ਤਰਲੇ ਤੁਰਲੇ ਉਹਦੇ ਘਰ ਦੀ ਹੋਣੀ ਹੈ ਕਿ ਮੇਰੇ ਹੱਥ ਨਾ ਬੰਨ ਅਤੇ ਮੇਰਾ ਨਾ ਮੂੰਹ ਬੰਨ। ਉਹਨੂੰ ਮੇਰੇ ਹੱਥ ਉਹਨੇ ਇਹਦੇ ਤਰਲੇ ਬੜੇ ਕੀਤੇ ਸਨ, ਅਤੇ ਉਹ ਜਦੋਂ ਉਹਦੇ ਵੱਲ ਵੇਖ ਕੇ ਨਾ ਅਤੇ ਇੰਝ ਵਿਹਦੀ ਆਈ ਨਾ ਅਤੇ ਇੰਝ ਹੱਥ ਜੋੜ ਲਿਓ ਸੂ, ਅਤੇ ਮੈਨੂੰ ਆਖੇ ਅੱਲਾ ਵਾਸਤੇ ਮੈਨੂੰ ਨਾ ਬੰਨੀ, ਅੱਲਾ ਵਾਸਤੇ ਮੈਨੂੰ ਨਾ ਮਾਰੀ, ਇੰਝ ਤਰਲੇ ਅਤੇ ਅੱਥਰੂਆਂ ਨਾਲ ਰੋਣ ਲੱਗ ਪਈ ਅਤੇ ਗੱਲਾਂ ਕਰਨ ਲੱਗ ਪਈ। ਅਤੇ ਉਹ ਮਾਂ ਉਹਦੀ ਫੜ ਕੇ ਉਹ ਫਿਰ ਚੀਕਾਂ ਮਾਰ ਕੇ ਰੋਣ ਲੱਗ ਪਈ ਅਤੇ ਨਾਲ ਜੱਫਾ ਮਾਰ ਲਿਆ ਉਸ ਤੋਂ, ਫਿਰ ਬੜਾ ਹੀ ਰੋਈ, ਬੜਾ ਰੋਈ। ਅਤੇ ਫਿਰ ਆਉਂਦੀ ਅੰਮੀ ਮੈਨੂੰ ਇਹਨੇ ਇੰਝ ਕੀਤਾ, ਫਿਰ ਸਾਰਾ ਆਪਣਾ ਵਾਕਿਆ ਦੱਸਿਓ। ਅੰਮੀ ਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ ਸੀ, ਅੰਮੀ ਮੈਂ ਇਹਨੂੰ ਆਖਿਆ ਸੀ ਅੱਲਾ ਵਾਸਤੇ ਮੈਨੂੰ ਛੱਡ ਦੇ, ਮੈਂ ਤੇਰੇ ਕਦੀ ਨਹੀਂ ਤੈਨੂੰ ਪਾਣੀ ਪਿਆਵਾਂਗੀ, ਮੈਂ ਕਦੀ ਬਾਹਰ ਨਹੀਂ ਆਵਾਂਗੀ ਅਤੇ ਤੂੰ ਮੈਨੂੰ ਮਾਰਨਾ। ਅੰਮੀ ਇਹਨੇ ਛੁਰੀ ਨਾਲ ਮੇਰਾ ਇੰਝ ਢਿੱਡ ਵੱਢਿਆ ਸੀ। ਅਤੇ ਉਹ ਫਿਰ ਉਹ ਬੋਲਣ ਲੱਗ ਪਈ, ਫਿਰ ਉਹਨੂੰ ਜੇਲ੍ਹ 'ਚ ਲੈ ਗਏ, ਉਹਨੂੰ ਸਜ਼ਾ ਹੋਈ ਫਿਰ। ਅਤੇ ਉਹ ਐ ਮੈਨੂੰ ਫਾਤਮਾ ਨੇ ਦੱਸਿਆ ਅਤੇ ਮੈਨੂੰ ਇੰਨਾ ਡਰ ਲੱਗੇ ਉੱਥੇ। ਫਿਰ ਨਾ ਇਹ ਜਿਹੜੀ ਨਹੀਂ ਸਾਡੀ ਸ਼ਹਿਜ਼ਾਦੀ, ਉਸੇ ਗਲੀ 'ਚ ਵਿਆਹੀ ਸੀ ਨਾ ਉਸਮਾਨ ਮਾਰਕੀਟ 'ਚ, ਜਾਨੀ ਕੇ ਗਲੇ 'ਚ, ਸ਼ਹਿਜ਼ਾਦੀ ਕੌਣ? ਅੱਛਾ ਸ਼ੈਲਾ ਦੀ ਭੈਣ। ਅੱਛਾ ਉਹਦੇ ਨਾ ਉਸੇ ਗਲੀ ਦੇ ਵਿੱਚ ਦੋ ਕੁ ਘਰ ਛੱਡ ਕੇ ਅਤੇ 10 ਸਾਲਾਂ ਦਾ ਬੱਚਾ, ਉਸ ਵੈਸੇ ਦੁਸ਼ਮਣੀ ਦੇ ਤਹਿਤ ਕੀਤਾ ਹਨ ਇੰਝ। ਅੱਛਾ ਉਂਝ ਕਿਸੇ ਅਣਜਾਣ ਨੇ ਉਹਨੂੰ ਖੜ ਕੇ ਉਹਦੇ ਨਾਲ ਜ਼ਿਆਦੀ ਕਰਕੇ ਉਹਦਾ ਗਲਾ ਘੁੱਟ ਕੇ ਨਾ ਅਤੇ ਉਹਨਾਂ ਦੇ ਦਰਵਾਜ਼ੇ ਅੱਗੇ ਇਸ ਤਰ੍ਹਾਂ ਕੋਈ ਚੀਜ਼ ਗੱਢ ਕੇ ਨਾ ਉਹਦੇ 'ਤੇ ਬੰਨ ਗਏ ਹਨ। ਅਤੇ ਉਹ ਮੈਂ ਨਹੀਂ ਤਾਂ ਇਹਨੂੰ ਸੌਦਾ ਲੈਣ ਘੱਲ ਦਿੰਦੀ ਹਾਂ, ਬਾਜ਼ਾਰ ਅਕਸਰ ਬੰਦ ਹੋ ਜਾਂਦੇ ਹੈ ਨਾ ਜੁੰਮੇ ਨੂੰ ਐਤਵਾਰ ਨੂੰ, ਅਤੇ ਮੈਂ ਇਹਨੂੰ ਸੌਦਾ, ਅਕਸਰ ਮੇਰੀ ਤਬੀਅਤ ਖਰਾਬ ਹੋਣੀ ਅਤੇ ਮੈਂ ਇਹਨੂੰ ਲੈਣ ਘੱਲ ਦੇਣਾ। ਅਤੇ ਉਸ ਤੋਂ ਬਾਅਦ ਫਿਰ ਮੈਂ ਡਰ ਗਈ। ਨਾਲੇ ਇੱਕ ਨਾ ਉੱਥੇ ਸਬਜ਼ੀ ਲਿਆਉਂਦਾ ਸੀ ਬਿੱਲੀਆਂ 'ਚ ਲੱਖਾਂ ਵਾਲਾ ਭਾਈ ਸੀ, ਇਹਨੂੰ ਨਾਲ ਲੈ ਕੇ ਜਾ ਕੇ ਸਬਜ਼ੀ ਲੈ ਕੇ ਆਉਂਦੀ ਹੈ ਨਾ, ਅਤੇ ਉਹ ਮੈਨੂੰ ਆਉਂਦਾ ਬਾਜੀ ਇੱਕ ਗੱਲ ਦਾ ਗੁੱਸਾ ਨਾ ਕਰਿਓ, ਜੇ ਮੇਰੇ ਕੋਲ ਬਹੁਤ ਤੁਸੀਂ ਮੇਰੀ ਵੱਡੀ ਭੈਣ। ਮੈਂ ਕਿਹਾ ਹਾਂਜੀ, ਮੈਂ ਕਿਉਂ ਗੁੱਸਾ ਕਰਨਾ ਜੇ ਤੁਸੀਂ ਸਹੀ ਗੱਲ ਕਰ, ਇਹ ਨਾ ਇਹ ਮੈਨੂੰ ਆਪਣੀ ਧੀ ਵਗਰੀ ਲੱਗਦੀ ਹੈ ਮੇਰੀ, ਉਹ ਇੱਕ ਦਿਨ ਰੋਟੀ ਵੀ ਉਹ ਲੈ ਕੇ ਆਈ ਉੱਥੋਂ ਮੈਨੂੰ ਵਿਖਾਇਆ, ਆਉਂਦਾ ਸੀ ਇਹ ਮੈਨੂੰ ਬਾਜੀ ਆਪਣੀ ਧੀ ਵਗਰੀ ਹੈ ਸਾਰੀ ਲੱਗਦੀ ਹੈ, ਅਤੇ ਅਕਸਰ ਇਹ ਸਬਜ਼ੀ ਤੁਸੀਂ ਲੈਣ ਘੱਲ ਦਿਓ 3-4 ਵਜੇ ਨੂੰ। ਬਾਜੀ ਗਲੀਆਂ ਬਰਾਨ ਹੁੰਦੀਆਂ ਨੇ, ਇਹਨੂੰ ਅੱਜ ਤੋਂ ਬਾਅਦ ਨਾ ਤੁਸੀਂ ਬੱਚੇ ਦਾ ਸੁਣਿਆ ਵਾਕਿਆ, ਉਦੋਂ ਛੋਟੀ ਸਾਰੀ ਸੀ ਨਾ? ਹਾਂ ਉਦੋਂ 10-11 ਸਾਲਾਂ ਦੀ ਸੀ। ਅੱਛਾ ਤੇ ਮੈਂ ਜਾਂ 10 ਸਾਲਾਂ ਦੀ ਸੀ ਸਮੇਂ ਲੈ, ਮੈਂ ਨਾ ਆਉਂਦਾ ਬਾਜੀ ਇਹਨੂੰ ਸਬਜ਼ੀ ਨਾ ਲੈਣ ਕਰ ਲਓ, ਜੇ ਆਓ ਤਾਂ ਆਪੀ ਨਾਲ ਆਇਆ ਕਰ। ਮੈਂ ਕਿਹਾ ਠੀਕ ਹੈ ਮੇਰਾ ਵੀਰ, ਮੈਂ ਪਰਸੋਂ ਦਾ ਹੀ ਇਹ ਵੇਖਿਆ ਨਾ, ਅਤੇ ਮੈਂ ਉਦੋਂ ਦੇ ਦਿਲ 'ਚ ਸੋਚਿਆ ਕਿ ਅੱਜ ਤੋਂ ਬਾਅਦ ਇਹਨੂੰ ਬਾਹਰ ਨਹੀਂ ਕੱਢਣਾ। ਚਲਾਕੋ ਮਾਸੀ ਬੜੀ ਸੀ ਨਾ, ਸਹੇਲੀਆਂ ਬੜੀਆਂ ਹੁਣ ਸਕੂਲ ਦੇ ਵਿੱਚ ਨੀਟਾ ਸੀ ਨਾ ਲੱਗੀ, ਕਿਸੇ ਦੇ ਪਿਓ ਨੇ ਲੰਡਾ ਲਾਇਆ ਸੀ, ਕਿਸੇ ਨੇ ਮੇਕਅਪ ਲਾਇਆ ਸੀ, ਕਿਸੇ ਨੇ ਸਵੈਟਰ, ਇਹਨੇ ਈਦ 'ਤੇ ਸਭ ਕੁਛ ਸਾਨੂੰ ਸਸਤੇ ਲਿਆ ਦਿੱਤੇ ਹਨ, ਹੈ ਅਤੇ ਮੇਕਅਪ ਪੈਸੇ ਵੀ ਹਵਾ 'ਚੋਂ ਦਿੱਤੇ ਹਨ, ਕੜੇ ਕਿਸੇ ਕੋਲ ਲਿਆ, ਕਿਸੇ ਕੋਲ ਜੁੱਤੀਆਂ ਸਾਨੂੰ ਲਿਆ ਕੇ ਦਿੱਤੀਆਂ ਹਨ ਅਤੇ ਸਸਤੇ ਜੀ, ਕਿਉਂਕਿ ਵਾਕਫੀ ਉਹ ਤਾਂ ਸਹੇਲੀਆਂ ਦੀ ਹੋ ਕਿ ਆਪ ਹੀ ਆਪ ਮੇਰੇ ਬਾਬਾ ਸੇ ਯੇ ਲੈ ਲੈ ਯੇ ਲੈ ਲੈ ਸਸਤੇ ਮੈਂ ਦੇਗੇ। ਅਤੇ ਉਹ ਚਲਾਕੋ ਬੜੀ ਸੀ, ਤੈਨੂੰ ਤਾਂ ਫਿਰ ਮੈਨੂੰ ਉਹ ਪਾਈ ਨਸੀਹਤ ਹੋਈ, ਉਸ ਤੋਂ ਬਾਅਦ ਤੋਂ ਮੈਨੂੰ ਘਰੋਂ ਨਹੀਂ ਕੱਢਿਆ। ਜੇ ਮੈਂ ਜਾਂਦੀ ਵੀ ਹਾਂ ਅਕਸਰਾਂ ਦੀ, ਮੈਂ ਨਾਲ ਜਾ ਕੇ ਲੈ ਕੇ ਆਉਂਦਾ ਅਤੇ ਮੈਨੂੰ ਨਾਲ ਲੈ ਕੇ ਜਾਂਦੀ ਸੀ। ਅਤੇ ਇਹ ਫਾਤਮਾ ਨੇ ਮੈਨੂੰ ਵਾਕਿਆ ਉਹਨਾਂ ਦਿਨਾਂ 'ਚ ਸੁਣਾਇਆ ਅਤੇ ਮੈਂ ਤਾਂ ਬੜਾ ਹੀ ਦਿਲ ਡਰ ਗਿਆ। ਮੈਂ ਕਿਹਾ ਇੰਨਾ ਜ਼ਾਲਮ ਇਨਸਾਨ ਹੁੰਦਾ, ਇੱਕ ਮਾਸੂਮ ਬੱਚਾ ਜਿਹਨੇ ਤੇਰਾ ਕੁਛ ਵਿਗਾੜਿਆ ਵੀ ਨਹੀਂ, ਤੂੰ ਉਹਨੂੰ ਆਖਿਆ ਪਾਣੀ ਪਿਆ ਅਤੇ ਤੇਰੇ ਪਾਣੀ ਲੈ ਗਈ ਹੈ, ਅਤੇ ਤੂੰ ਉਹਨੇ ਉੱਥੇ ਹੀ ਘੇਰ ਲਿਆ,
ਅੱਲਾ ਜੀ ਨੇ ਕੀ ਉਹ ਦੱਸਿਆ ਉਸ ਮੈਨੂੰ ਉਹ ਤੇ ਹੁਣ ਭੁੱਲ ਗਿਆ ਕਿ ਕਿਸ ਗੱਲ ਤੋਂ ਬਦਲਾ ਲੈਣ ਵਾਸਤੇ ਇੰਜ ਕਰਦਾ ਹੈ। ਤੇ ਜਿਹਦਾ ਕੋਈ ਗੁਨਾਹ ਵੀ ਨਹੀਂ, ਜਿਵੇਂ ਉਹ ਬੰਦੇ ਨੇ ਲਤੀਫ਼ ਨਹੀਂ ਕੋਈ ਜਿਹਨੇ ਮਾਰ ਕੇ ਤੇ ਤੇਜ਼ਾਬ ਚਤਾਲ ਕੇ ਬੱਚੇ ਨੂੰ ਤਹੱਡੀਆਂ ਤੇ ਉਹਦੇ 'ਚ ਰਾਵੀ ਸੁੱਟ ਛੱਡਦਾ ਸੀ, ਉਹ ਉਹਨੇ ਇੱਕ ਸੌ ਤੇ ਹਰੇਕ ਇੰਨੇ ਆਉਂਦਾ ਸੀ ਬੱਚੇ ਤਾਂ ਆਉਂਦਾ ਸੀ, ਮੈਨੂੰ ਇਸ ਗੱਲ ਤੋਂ ਕੋਈ ਪਛਤਾਵਾ ਨਹੀਂ। ਪੁਲਿਸ ਨੇ ਖੜ ਕੇ ਤੇ ਮੈਨੂੰ ਇੰਨਾ ਕੁ ਮਾਰਿਆ ਸੀ ਕਿ ਮੇਰੀ ਮਾਂ ਵੇਖ ਕੇ ਕੰਮ ਨਾ ਮਰ ਗਈ ਸੀ ਤੇ ਮੈਂ ਉਹ ਬਦਲ ਤੇ ਬਲਾ ਬੱਚਿਆਂ ਦਾ ਤੇ ਗੁਨਾਹ ਨਾ ਪੁਲਿਸ ਵਾਲਾ ਗੁਨਾਹ ਸੀ, ਤੂੰ ਪੁਲਿਸ ਨਾ ਕਰ ਜੇ ਕਰਨਾ ਹੀ ਤੇ ਅਬਰ ਇੱਕ ਦੇ ਸਜ਼ਾ ਦੂਸਰੇ ਨੂੰ ਕਿਵੇਂ ਮਿਲ ਸਕਦੀ। ਜਿਹੜੀਆਂ ਬਰੀਕ ਨੇ ਨਾ ਇਹ ਜਦੋਂ ਤੇਜ਼ ਨੇ ਤੇ ਮੈਂ ਕਹਿੰਦੀ ਹਾਂ ਕੋਈ ਇੰਨਾ ਵੀ ਜ਼ਾਲਮ ਬੰਦਾ ਹੁੰਦਾ ਕਿ ਬੱਚਿਆਂ ਨਾਲ ਇੰਨਾ ਕਿੱਡੀ ਤਕਲੀਫ਼ ਦੇ ਉਹਨੇ ਮੌਤ ਦਿੱਤੀ ਉਹਨੂੰ, ਕਿੱਥੇ ਜਾ ਕੇ ਕੋਈ ਕੋਈ ਵੇਖੇ ਵੀ ਨਾ। ਫੋਨ ਕਰਾ ਤੇ ਆ ਜਾ ਤੇ ਡਰਦੇ ਉਸ ਵੇਲੇ ਆ ਜਾਂਦੀ ਹੈ ਉਹਦਾ ਮੀਆਂ ਸਾਰੇ ਬਾਲਾਂ ਲੈ ਜਾਏਗਾ ਆਪਣੇ ਨੀ ਸਬਰ ਕਰਨਾ। ਬੜੇ ਭਾਈ ਗਏ ਥੇ ਨਾ तो मीना का मेरे से बड़ा प्यार हो गया था, तो भाई मैंने कहा था तेरे तो तू ही रख ले, मैंने कहा मैं रख लूं लेकिन वो जो छोटी अंग्रेज छोटी अंग्रेज नहीं जो थी मेरी ज़ैनी ਨੂੰ ਨਾਮ ਦੇ ਮੁੰਡਿਆਂ ਨੇ ਬੜਾ ਚਿਰ ਚਿੱਟੀ ਆਪੀ ਆਖਿਆ, ਹੁਣ ਵੀ ਹੁਣ ਆਂਦਾ ਹੁਣ ਮੇਰੀ ਸੋਹਣੀ ਆਪੀ ਉਹ ਇਹਨੂੰ ਚਿੱਟੀ ਆ ਲੈ ਉਹ ਆ ਵੀ ਬੜਾ ਚਿੱਟਾ ਹੈ ਪਤਾ ਨਾਨ ਦਾ ਵੱਡਾ ਬੇਟੇ ਦਾ ਰੰਗ ਸਾਂਵਲਾ ਹੈ ਨਾ ਜੀ ਤੇ ਕਿਉਂਕਿ ਬਸ਼ਰ ਤੇ ਬੜਾ ਚਿੱਟਾ ਗੋਰਾ ਪਰ ਬੱਚੇ ਸਾਰੇ ਹੀ ਤਕਰੀਬਨ ਇੱਕ ਕੁੜੀ ਹੈ ਚਿੱਟੀ ਗੋਰੀ ਤੇ ਇੱਕ ਮੁੰਡਾ। ਅੱਛਾ ਤੇ ਉਹ ਚਿੱਟੀ ਆ ਪੀ ਜਾਂਦਾ ਸੀ ਮੇਰੀ ਚਿੱਟੀ ਆਪ ਝੋਲੀ 'ਚ ਬਹਿ ਕੇ ਮੂੰਹ ਚੁੰਮਦਾ ਹੀ ਜਾਣ ਤੇ ਹੁਣ ਜੇ ਨਾ ਜ਼ੈਨੀ ਉਹਦੇ ਫਾਤਮਾ ਨਾ ਉਹਦੇ ਤੋਂ ਕਰੀਚ ਕਰਦੀ ਆਉਂਦੀ ਸੀ ਮੈਨੂੰ ਚੰਗਾ ਨਹੀਂ ਲੱਗਦਾ ਮੈਨੂੰ ਜੱਫੇ ਮਾਰਦਾ ਉਹ ਕਿੱਡਾ ਬੜਾ ਹੋਇਆ ਤੇ ਹਾਲੇ ਵੀ ਉਹਦੇ ਬੱਚਿਆਂ ਵਾਲੇ ਹਿਸਾਬ ਕਿਤਾਬ ਨੇ ਤੇ ਇੱਕ ਗੱਲ ਤੇ ਅੜਨਾ ਤੇ ਆੜੀ ਜਾਣਾ ਹੈ ਬੜਾ ਪਟਾਉਂਦਾ ਹੈ ਤੁਹਾਡੀ ਉਹ ਜਿਹੜੀ ਜੇ ਨਾ ਨਾ ਇਹਦਾ ਅਜਰ ਤੋਂ ਜਿਹੜੀ ਵੱਡੀ ਹੈ ਨਾਲ ਉਹ ਜ਼ੈਨਾ ਦਾ ਨਾ ਬੜਾ ਕਰਦੀ ਹੈ ਬੜਾ ਖੜਾਉਂਦੀ ਹੈ ਜਦੋਂ ਵੀ ਅਸੀਂ ਜਾਈਏ ਨਾ ਆਹ ਉਹਨੇ ਤਾਂ ਮੈਨੂੰ ਕਿੰਨੀ ਵਾਰ ਆ ਕੇ ਤਾਈ ਅੰਮਾ ਮੈਂ ਜਿੰਨੂੰ ਜੇ ਜ਼ੈਨਾ ਸੇ ਬਾਤ ਕਰਾਓ ਸਕੂਲੇ ਜਾਂਦੀ ਹੈ ਬੜਾ ਖੜਾਉਂਦੀ ਹੈ ਮੇਰੇ ਬਾਲ ਆਏ ਹੋਣ ਨਾ ਉਹ ਵੀ ਤੇ ਉਹ ਵੀ ਹਾਦੀਆ ਵੀ ਆਈ ਜਾਂਦੀ ਅਤੇ ਮਹਿਰੀਨ ਵੀ ਰਹਿੰਦੀ ਹੈ ਤੁਹਾਡੇ ਘਰ ਹੀ ਰਹਿੰਦੀਆਂ ਨੇ ਜ਼ਿਆਦਾ ਹਾਂ ਜ਼ਿਆਦਾ ਮੇਰੇ ਕੋਲ ਗੈਸਟ ਆਏ ਹੋਏ ਕਦੀ ਕਦੀ ਨਾ ਮੈਂ ਵਿੱਚ ਬੜੀ ਬੋਰ ਹੋ ਜਾਂਦੀ ਹਾਂ ਪਤਾ ਅਜੇ ਹਾਦੀ ਹੈ ਨਾ ਉਹ ਹਰਕਤ ਆਉਂਦੀ ਹੈ ਜੇ ਭੈੜੀਆਂ ਨੂੰ ਫੋਲਾ ਫਾਲੀ ਕਰਦੀ ਹੈ ਹੋ ਨਹੀਂ ਕਹਿੰਦੀ ਤੇ ਦੂਲਣ ਕਿੱਥੇ ਜੇ ਹਾਂ ਹਾਂ ਉਹਨੂੰ ਪਤਾ ਹੀ ਨਹੀਂ ਸੀ ਕਿ ਫਾਤਮਾ ਦਾ ਨਿਕਾਹ ਹੋ ਗਿਆ ਉਹਨੂੰ ਇਹ ਸੀ ਕਿ ਸ਼ਾਦੀ ਤੇ ਗਏ ਹਨ ਤੇ ਆ ਗਏ ਨੇ ਸਾਰੀ ਮਾਂ ਵੀ ਗਈ ਉਹ ਤੇ ਤਸਵੀਰਾਂ ਵੇਖੀਆਂ ਸੀ ਇਹ ਨਾਲ ਨਹੀਂ ਸੀ ਗਈ ਨਹੀਂ ਬੱਚਿਆਂ ਨੇ ਹਨ ਲੈ ਕੇ ਮੈਂ ਕਿਸੇ ਨੂੰ ਆਖਿਆ ਇੱਕ ਇੱਕ ਬੰਦੇ ਨੂੰ ਆਖਿਆ ਤੇ ਇੱਕ ਇੱਕ ਬੰਦੇ ਗਏ ਸਨ ਹਾਂ ਉਹ ਜੇ ਆਸਫਾ ਨਾ ਅਬਦੁਲ ਤੋਰ ਗਿਆ ਸੀ ਪਰ ਉਹ ਮਗਰੋਂ ਗਿਆ ਉਹਨੂੰ ਪਤਾ ਹੀ ਨਹੀਂ ਸੀ ਗੱਲ ਉਹਨੇ ਮੈਂ ਸੂਟ ਲੈ ਗਈ ਨਾ ਜਦੋਂ ਰੁਖਸਤੀ ਕਰਨੀ ਸੀ ਤੇ ਫਰਾਕ ਲੈ ਕੇ ਨਾ ਮੈਂ ਸੋਫੇ 'ਤੇ ਪਾਇਆ ਵੇਖ ਕੇ ਆਉਂਦੀ ਹੈ ਤਾਈ ਅੰਮਾ ਇਹ ਦੁਲਹਨ ਦਾ ਸੂਟ ਹੈ ਨਾ ਮੈਂ ਕਿਹਾ ਹਾਂ ਸੁ ਕਿੰਨਾ ਪਿਆਰਾ ਹੈ ਮੈਂ ਕਿਹਾ ਹਾਂ ਮੈਂ ਕਿਹਾ ਫਾਤਮਾ ਆਪੀ ਦਾ ਆਉਂਦੀ ਹੈ ਇਹ ਫਾਤਮਾ ਆਪੀ ਦਾ ਮੈਂ ਕਿਹਾ ਆਪੀ ਫਾਤਮਾ ਦੁਲਹਨ ਹੈ ਮੈਂ ਕਿਹਾ ਹਾਂ ਉਦੋਂ ਤੇਰੀ ਮਾਮਾ ਗਈ ਨਹੀਂ ਸ਼ਾਦੀ 'ਤੇ ਤੂੰ ਆਪੀ ਦੇ ਸ਼ਾਦ ਆਪੀ ਫਾਤਮਾ ਦੀ ਸ਼ਾਦੀ ਹੋਈ ਹੈ ਮੈਂ ਕਿਹਾ ਹਾਂ ਇਹ ਦੁਲਹਨ ਹੈ ਮੈਂ ਕਿਹਾ ਦੋ ਤਿੰਨ ਵਾਰ ਪੁੱਛਿਆ ਉਸ ਮੈਂ ਕਿਹਾ ਮੇਰੇ ਤਾਂ ਯਕੀਨ ਨਹੀਂ ਫਾਤਮਾ ਹਾਦੀਆ ਮੈਂ ਕੋਈ ਤੇਰੇ ਨਾਲ ਝੂਠ ਬੋਲਣਾ ਸੀ ਤਾਈਆ ਮੈਂ ਝੂਠ ਤੇ ਨਾ ਬੋਲਦੀ ਆਪੀ ਫਾ ਅੱਛਾ ਫਾਤਮਾ ਆਪੀ ਦੀ ਸ਼ਾਦੀ ਵੀ ਹੋ ਗਈ ਹੈ ਮੈਂ ਕਿਹਾ ਹਾਂ ਅਤੇ ਦੁਲਹਨ ਨੇ ਮੈਂ ਕਿਹਾ ਜਾ ਕੇ ਮਾਂ ਦੀ ਫਿਰ ਕੰਨ ਖਾਦੇ ਸੂਆ ਮਾਮਾ ਤੁਹਾਨੂੰ ਪਤਾ ਹੈ ਆਪੀ ਫਾਤਮਾ ਦੀ ਸ਼ਾਦੀ ਹੋ ਗਈ ਹੈ
ਉਹ ਆਂਦੀ ਆਹੋ ਤੇ ਗਏ ਨਹੀਂ ਹਾਂ ਉੱਥੇ ਸ਼ਾਇਦ ਤੇ ਤੁਸਾਂ ਮੈਨੂੰ ਕਿਉਂ ਨਹੀਂ ਸੀ ਦੱਸਿਆ ਉਹ ਆਂਦੀ ਮੈਂ ਦੱਸ ਮਾਂ ਆਂਦੀ ਹੋਏਗੀ ਤੇ ਜਾਨ ਹੀ ਨਹੀਂ ਛੱਡ ਜੀਏ ਉਹ ਜ਼ਹਾਰ ਤਾਂ ਬੜਾ ਪਿਆਰਾ ਉਹਨੂੰ ਅੱਛਾ ਅੱਛਾ ਫਿਰ ਆਂਦੀ ਹੈ ਤੇ ਤੁਸਾਂ ਫਿਰ ਮੈਨੂੰ ਕਿਉਂ ਨਹੀਂ ਦਿੱਤੇ ਤੁਸੀਂ ਬੜੇ ਝੂਠ ਬੋਲਦੇ ਕੁੱਤੇ ਹੋ ਜੇ ਹੋ ਤੁਸਾਂ ਤੇ ਮੈਨੂੰ ਦੱਸਿਆ ਹੀ ਨਹੀਂ ਕਿ ਆਪੀ ਫਾਤਮਾ ਦੂਲਾ ਨੇ ਉਹ ਤੇ ਮੈਨੂੰ ਤਾਈ ਅੰਮਾ ਨੇ ਦੱਸਿਆ ਅੰਮੀ ਤਾਈ ਦੂਲਾ ਨੇ ਏਡੀ ਸੋਹਣੀ ਉਹਨਾਂ ਇੰਨਾ ਸੋਹਣਾ ਉਹਦਾ ਸੂਟ ਆਉਂਦਾ ਦੁਲਹਨਾਂ ਵਾਲਾ ਤੇ ਤਾਈ ਅੰਮਾ ਨੇ ਮੈਨੂੰ ਦੱਸਿਆ ਤੁਸੀਂ ਨਹੀਂ ਦੱਸਿਆ ਤੁਸੀਂ ਬੜੇ ਹੁਸ਼ਿਆਰ ਤੁਸੀਂ ਆਉਂਦੇ ਹੋਵੋਗੇ ਹਾਜੀਆਂ ਨੂੰ ਵੀ ਨਾਲ ਖੜਨਾ ਪਏਗਾ ਤੇ ਉਹ ਆਂਦੀ ਹੈ ਇੱਥੇ ਹੀ ਕਰਨਾ ਹੈ ਸਾਰੇ ਹੀ ਤੂੰ ਵੀ ਇਕੱਠੀ ਹੋਈ ਨਹੀਂ ਮੈਂ ਤੈਨੂੰ ਛੱਡ ਕੇ ਜਾਂਦੀ ਤੁਸਾਂ ਮੈਨੂੰ ਉਦੋਂ ਕਿਉਂ ਨਹੀਂ ਸੀ ਦੱਸਿਆ ਸ਼ਾਇਦ ਉਹ ਨਾ ਦੱਸਿਆ ਤੇ ਜਦ ਕਰੇਗੀ ਮੈਂ ਵੀ ਜਾਣਾ ਤੇ ਉਹ ਫੇਰ ਤੇ ਉਹ ਫੇਰੇ ਤੇ ਫੇਰੇ ਮਾਰੇ ਉਹ ਜਿਹੜੇ ਕੋ ਦੋ ਦਿਨ ਰਹਿ ਗਏ ਜਦੋਂ ਅਸੀਂ ਬਾਜੀ ਬਰਾਤ ਵਾਲੇ ਦਿਨ ਨਹੀਂ ਉਹਨਾਂ ਘਰ ਤੇ ਉਹ ਅਰਹਮ ਨਾਰੇ ਲੱਗਦੀ ਸੀ ਹਾਂ ਉਹ ਅਰਹਮ ਪਤਾ ਬਦਤਮੀਜ਼ ਬੜਾ ਉਹਨੂੰ ਮਾਰਦਾ ਕਹਿੰਦਾ ਚਲਾਕ ਤੇ ਬੜੀ ਸ਼ੁਰੂ ਉਹ ਕਰਦੀ ਲੇਕਿਨ ਇਹ ਫਿਰ ਜਾਨ ਨਹੀਂ ਛੱਡਦਾ ਉਹਨੂੰ ਮਾਰਦਾ ਮੈਂ ਭਾਬੀ ਸਾਜਦਾ ਤੇ ਭਾਬੀ ਨਾਦੀਆ ਅਸੀਂ ਤਿੰਨੇ ਬੈਠੀਆਂ ਤੇ ਕਹਿੰਦੇ ਬੱਚੇ ਵੀ ਸਨ ਸਾਡੇ ਲੇਕਿਨ ਸਾਡੇ ਬੱਚੇ ਲੱਗੇ ਖੇਡਣ ਆਂਦੀ ਇਹਨੂੰ ਇਹਨੂੰ ਪਿੱਛੋਂ ਕੱਢੋ ਅਸੀਂ ਆਖੀ ਕਿਹਨੂੰ ਆਂਦੀ ਵੀ ਇਹਨੂੰ ਪਿੱਛੋਂ ਕੱਢੋ ਤੁਸੀਂ ਸਾਰਿਆਂ ਨੂੰ ਨੀ ਮੈਂ ਆਖਿਆ ਇਹ ਸਾਡੇ ਘਰੋਂ ਨਿਕਲੋ ਲਾੜਕੀ ਹੋਰੇ ਬਾਹਰੋਂ ਨਾ ਆ ਕੇ ਪਿੱਛੇ ਸਾਡੇ ਨਾ ਛੁਪਿਆ ਸੀ ਬਾਜੀ ਕਹਿੰਦੇ ਨੇ ਅਸੀਂ ਵੀ ਭਾਬੀ ਕਹਿੰਦੇ ਨੇ ਅਸੀਂ ਵੀ ਫਟੋ ਜੀ ਨਹੀਂ ਤੁਸੀਂ ਨਾ ਜਾਓ ਇਹਨੂੰ ਕੱਢੋ ਮੇਰੇ ਘਰੋਂ ਲਓ ਫਿਰ ਤੇ ਸਾਡੀ ਜਾਨ ਹੀ ਨਹੀਂ ਛੁੱਟੀ ਸਭਾ ਫਿਰ ਤੇ ਉਹ ਫੇਰਿਆ ਤੇ ਮਾਰੇ ਆਪੀ ਫਾਤਮਾ ਦੇ ਆ ਕੱਪੜੇ ਆਉਂਦੇ ਨੇ ਤੁਸਾਂ ਸ਼ਾਪਿੰਗ ਕਰਨੀ ਹੈ ਤਾਈ ਅੰਮਾ ਮੈਨੂੰ ਵੀ ਵਿਖਾਇਓ ਜੇ ਇਹ ਮੇਕਾ ਬਣਦਾ ਮਤਲਬ ਕਿ ਹਰ ਗੱਲ ਫਿਰ ਉਹਨੇ ਪੁੱਛਣੀ ਹੈ ਅਤੇ ਮੈਂ ਅੱਕ ਜਾਣਾ ਐਤਕੀ ਮੈਂ ਇੰਝ ਹੋਇਆ ਕਿ ਇਹਨਾਂ ਨੇ ਆਉਣਾ ਸੀ ਜੈਨੀ ਫਾਤਮਾ ਨੇ ਮੈਂ ਇਹਨਾਂ ਦੀ ਰੋਟੀ ਪਕਾਉਣੀ ਅਤੇ ਉਹਨੂੰ ਪਤਾ ਲੱਗ ਗਿਆ ਆਉਂਦੀ ਹੈ ਤਾਈ ਅੰਮਾ ਜੈਨੀ ਆਪੀ ਅਤੇ ਜਦੋਂ ਬਾਈ ਆਉਣ ਲੱਗੇ ਮੈਂ ਕਿਹਾ ਆਹੋ ਕਰੀ ਜਾਏ ਗੱਲਾਂ ਮੈਂ ਕਿਹਾ ਹੁਣ ਬਾਈ ਆ ਦੇਖੋ ਮੇਰੀ ਜਾਨ ਨਹੀਂ ਜੇ ਛੁੱਟਣੀ ਹਾਦੀਆ ਨੇ ਨਹੀਂ ਮੇਰੀ ਜਾਨ ਛੱਡੇ ਲਓ ਆ ਗਈ ਸਾਡੀ ਸ਼ਾਮ ਗੁੱਸਾ ਲੱਗ ਗਿਆ ਅੱਛਾ ਗੁੱਸਾ ਲੱਗ ਗਿਆ ਉਸ ਅੱਛਾ ਘੜੀ ਕੁੰਜ ਰਹੀ ਤੇ ਫਿਰ ਤੋਰ ਗਈ ਜਾ ਕੇ ਆਉਂਦੀ ਹੈ ਚਾਚੀ ਆਸਫਾ ਤਾਈ ਅੰਮਾ ਦਾ ਮੈਂ ਕੀ ਕਰਾਂ ਤਾਈ ਅੰਮਾ ਤੇ ਮੇਰੇ ਨਾਲ ਆਉਂਦੇ ਨੇ ਇਹ ਤੇ ਕੁੜੀ ਤੋਂ ਮੇਰੀ ਜਾਨ ਹੀ ਮੈਂ ਨਾਂ ਲੈ ਲਿਆ ਨਾ ਜਿਵੇਂ ਮੈਂ ਗੱਲ ਕੀਤੀ ਨਾ ਉਂਝ ਹੀ ਜਾ ਕੇ ਉਹ ਫਿਰ ਖੇਡ ਖੇਡ ਗਿਆ ਸੀ ਤੁਸੀਂ ਮੇਰਾ ਮਜ਼ਾਕ ਉਡਾਉਂਦੇ ਹੋ ਮੈਂ ਤੁਹਾਨੂੰ ਦੱਸਣ ਡਈ ਹਾਂ ਤੁਸੀਂ ਤਾਈ ਅੰਮਾ ਨਾਲ ਬੋਲਿਆ ਨਾ ਕਰੋ ਉਹ ਆਂਦੀ ਅੱਛਾ ਤਾਈ ਅੰਮਾ ਦੀ ਇਹ ਜ਼ਰੂਰਤ ਤਾਈ ਅੰਮਾ ਨੇ ਮੇਰੀ ਧੀ ਨੂੰ ਜਾ ਕੇ ਲੈ ਚੱਲ ਹਾਂ ਨਹੀਂ ਤਾਈ ਅੰਮਾ ਨਾ ਦੱਸਿਆ ਕਰੋ ਦੱਸਿਓ ਜੋ ਗੁੱਸਾ ਘਰ ਜਾਣਗੇ ਆਂਦੀ ਘਰ ਦੇਣ ਤਾਂ ਪਏ ਕਰਨ ਮੈਂ ਤੇ ਬਾਈ ਪੁੱਛਣਾ ਉਹਨਾਂ ਨੇ ਕਿਉਂ ਮੇਰੀ ਧੀ ਨੂੰ ਜਾ ਕੇ ਉਹ ਫਿਰ ਜਾ ਆ ਕੇ ਹੱਸੇ ਤੇ ਆਂਦੀ ਇਹ ਬਾਜੀ ਬਾਈ ਤੂੰ ਉਹਨੂੰ ਹਾਦੀਆਂ ਨੂੰ ਇੰਝ ਆਖਿਆ ਉਹਨੂੰ ਤੇ ਬਾਈ ਬੜਾ ਦੁੱਖ ਲੱਗਾ ਤੇ ਤੁਸੀਂ ਬਾਈ ਹੁਣ ਅੱਗੋਂ ਨਾ ਆਖਿਓ ਜੇ ਮੈਂ ਕਿਹਾ ਅੱਛਾ ਸੋਰੀ ਹਾਦੀਆ ਅੱਗੋਂ ਨਹੀਂ ਆਖਦੀ ਪਰ ਬਾਈ ਤੂੰ ਵੀ ਤੇ ਇੰਨੇ ਸਵਾਲ ਜਵਾਬ ਨਾ ਕਰਿਆ ਕਰ ਤੂੰ ਇੰਨੇ ਹੀ ਕਰਨੀ ਹੈ ਕਿ ਮੈਂ ਅੱਕ ਜਾਂਦੀ ਹਾਂ ਮੈਂ ਕਿਹਾ ਪਹਿਲਾਂ ਮੈਂ ਤੈਨੂੰ ਚੀਜ਼ ਦੇਣੀ ਆ ਨਾ ਪਾ ਕੇ ਜੋ ਵੀ ਭਰਿਆ ਨਹੀਂ ਜਾਂ ਜੋ ਵੀ ਪੱਕੇ ਮੈਂ ਤੈਨੂੰ ਖਵਾਉਣੀ ਆ ਨਾ ਤੂੰ ਕੋਈ ਮੰਗਣੀ ਥੋੜ੍ਹਾ ਮੇਰੇ ਕੋਲ ਆਹੋ ਠੀਕ ਹੈ ਤਾਈ ਅੰਮਾ ਨਹੀਂ ਨਹੀਂ ਆਪਣੇ ਘਰ ਜਾਂਦੀ ਬਥੇਰੀ ਸ਼ਿਆਰ ਹੈ ਮਾਂ ਤਾਲਾ ਲਾ ਕੇ ਰੱਖਦੀ ਉਹ ਬੜੀ ਵਾਧੂ ਹੈ ਉਹ ਇੰਨੀ ਕੁ ਜਿਵ ਜੀ ਇੰਨੇ ਦਸ ਬੰਦੇ ਨਹੀਂ ਸੋਚ ਸਕਦੇ ਹੁਣ ਜਿੰਨਾ ਕੁ ਉਹ ਹੁਸ਼ਿਆਰ ਹੈ ਤੇ ਕਈ ਵਾਰ ਲੱਭ ਲੱਭ ਥੱਕ ਜਾਂਦੇ ਨੇ ਤੇ ਦਿਲ ਕਰੇ ਚੌਥੇ ਮਹਲੇ ਜਿੱਥੋਂ ਦੁੱਧ ਲੈਂਦੇ ਨਾ ਉੱਥੇ ਉਹਨਾਂ ਘਰ ਬੱਚੇ ਬੜੇ ਪਸੰਦ ਨੇ ਉੱਥੇ ਜਾ ਕੇ ਤੇ ਉਹਨਾਂ ਦਾ ਬੱਚਾ ਇੱਕ ਦਿਨ ਲੱਭ ਲੱਭ ਕੇ ਥੱਕ ਗਏ ਤੇ ਰੋਣ ਕਿ ਹੋਰੇ ਕੋਲ ਲੈ ਗਿਆ ਉਹਨੂੰ ਫੜ ਕੇ ਜ਼ੇਨ ਚਾਹੇ ਉਸ ਕਿ ਦੁੱਧ ਲੈਣ ਗਈ ਸਾ ਤੇ ਉਹਨੂੰ ਨਾਲ ਲੈ ਗਈ ਸਾ ਤੇ ਉਹਨਾਂ ਦਾ ਬੱਚਾ ਵੀ ਹੋਇਆ ਯਾ ਲੈ ਗਏ ਤੇ ਸੱਚੀ ਮੁੱਚੀ ਭੈਣਾਂ ਉੱਥੇ ਜਾ ਕੇ ਅਗਲੀਆਂ ਨੇ ਕੀ ਕੁਛ ਖਵਾਇਆ ਪਰ ਗੱਲਾਂ ਤਾਂ ਪਤਾ ਕਿੱਡੀਆਂ ਸੋਹਣੀਆਂ ਕਰਦੀ ਉਹ ਬੜੇ ਖੁਸ਼ ਹੋਣ ਪਈਆਂ ਤੇ ਬੱਚਾ ਦੀ ਝੋਲ ਦੀ ਮਿਸ ਕਾਲ ਆ ਰਹੀ ਹੈ आपके पास नहीं ये उठा लो फिर ना ताले च रख देना हां जी दोबारा हम आया हो ना आस पास सर उस ओदो नहीं ताला ला दे के चला आई है तो हमने दे आरे लगे रहना बाकी जान ही नहीं छड़ दे मेरा बड़ी बात है तेरी ਮੇਰੇ ਜ਼ਿਆਦਾਤਰ ਜੂਨ ਹੋਏ ਤਾਂ ਇੱਥੇ ਲਿਖਾ ਹੁੰਦੀਆਂ ਨੇ ਇਹ ਵਾਲਾਂ ਚ ਅੱਗੇ ਅੱਗੇ
ਔਰ ਮੇਰੀ ਅਮਾਂ ਨਹੀਂ ਹੁੰਦੀ ਤੇਰੀ ਬੋਧੀ ਚ ਜੂ ਬੋਧੀ ਨੂੰ ਤੇ ਇਹਨੂੰ ਆਖੀ ਇਹ ਜਗ੍ਹਾ ਇੱਥੇ ਜਿਹੜਾ ਵਾਲ ਹੈ ਨਾ ਇੱਥੇ ਹੁੰਦੀਆਂ ਲੀਕਾਂ ਬਰੀਕ ਬਰੀਕ ਤੱਖਾਂ ਮੋਟੀ ਕਿਉਂਕਿ ਮੇਰੀਆਂ ਤਾਂ ਬਰੀਕ ਨਹੀਂ ਹੁੰਦੀਆਂ ਮੋਟੀਆਂ ਨਹੀਂ ਹੁੰਦੀਆਂ ਉਸ ਕੰਨ ਤੋਂ ਨਾ ਮੈਂ ਪਿੱਛੇ ਇੱਥੇ ਪੜੀ ਦੇ ਤੜੀ ਤੱਕ ਅਤੇ ਖੂਨ ਦੀ ਭਰੀ ਸੀ ਸਜੇ ਤਾਂ ਮੈਨੂੰ ਬੜਾ ਜ਼ਿਆਦਾ ਖੂਨ ਪੀਤਾ ਉਸ ਡਰੈਕੁਲਾਰ ਖਾਰਸ਼ ਵੀ ਤਾਂ ਤਾਜ਼ੀ ਹੁੰਦੀ ਹੈ ਇਹ ਜਿਹੜੀ ਲੀਕ ਹੈ ਨਾ ਜ਼ਿਆਦਾ ਖਾਰਸ਼ ਕਰਦੀ ਹੈ ਤੱਕ ਨਾ ਮੈਂ ਤਾਂ ਪਾਣੀ ਪੀ ਲਾਂ ਜਿੰਨਾ ਪਾਣੀ ਪੀਂਦੀ ਹੈ ਨਾ ਮੈਨੂੰ ਇੰਨਾ ਵਾਸ਼ਰੂਮ ਆਉਂਦਾ ਹੈ ਯਾਰ ਸਭ ਨੂੰ ਜਿਹੜਾ ਪਾਣੀ ਪੀਂਦਾ ਉਹਨੂੰ ਵਾਸ਼ਰੂਮ ਤਾਂ ਮੇਦੇ ਮੇਦੇ ਵਾਲੇ ਬੰਦੇ ਵਾਸਤੇ ਸਹੀ ਹੁੰਦਾ ਮੈਨੂੰ ਡਾਕਟਰ ਆਉਂਦਾ ਕਿ ਪਾਣੀ ਜ਼ਿਆਦਾ ਮੈਂ ਕਿਹਾ ਇਦੂ ਵੱਧ ਕੀ ਪੀਣਾ ਫਿਰ ਮੈਨੂੰ ਸੀ ਹੁੰਦਾ ਤਾਂ ਮੇਰੀ ਆਪਣਾ ਸਰਦੀਆਂ ਵਿੱਚ ਤਾਂ ਬੰਦਾ ਥੱਕ ਹੀ ਜਾਂਦਾ ਸੀ ਠੰਡਾ ਪਾਣੀ ਮੈਂ ਫਿਰ ਵੀ ਆਈ ਜ਼ਿਆਦਾ ਪੀਂਦੀ ਹਾਂ ਗਰਮ ਪਾਣੀ ਕਰ ਕਰਕੇ ਮੈਂ ਬੜਾ ਪਾਣੀ ਪੀਤਾ ਕਿਉਂਕਿ ਅਕਸਰ ਮੈਨੂੰ ਮੇਦੇ ਦੀ ਤਕਲੀਫ ਰਾਤੀ ਵੀ ਹੁੰਦੀ ਸੀ ਕੱਲ ਜਦੋਂ ਗੱਡੀ ਚ ਬਹਿ ਕੇ ਜਾਣ ਡੇ ਹਨਾ ਉਦੋਂ ਮੈਨੂੰ ਬੜੀ ਦਰਦ ਹੋਣ ਡੀ ਜਿਹੜੀਆਂ ਸੂਈਆਂ ਕਹਿੰਦੇ ਸੋ ਮੈਨੂੰ ਚੁਭਦੀਆਂ ਉਹ ਤੇ ਦਿਲ ਚ ਚੁਭਦੀਆਂ ਹਨ ਰਾਤ ਦੀਆਂ ਨਹੀਂ ਹਲੇ ਤੱਕ ਤੇ ਨਹੀਂ ਚੁਭੀਆਂ ਕੱਲ ਮੈਂ ਵਾਕ ਵੀ ਕਰ ਗਈ ਤਦ ਵੀ ਇੱਥੇ ਆ ਕੇ ਬੈਠੀ ਸੂਈਆਂ ਤੁਹਾਡੀਆਂ ਤਰਪਾਈ ਨਾ ਅੰਦਰ ਕਰਦੀ ਅੱਲਾ ਜਾਣੇ ਮੈਨੂੰ ਤਾਂ ਇਹ ਲੱਗਦਾ